ਜੋ ਦੇਸ਼ ਦੀ ਭਾਵਨਾ ਉਹੀ ਸਾਡੀ ਸਾਰਿਆਂ ਦੀ ਭਾਵਨਾ ਹੈ। ਇਹ ਜਿਨ੍ਹਾਂ ਨੇ ਗਲਤੀ ਕੀਤੀ, ਜਿਨ੍ਹਾਂ ਨੇ ਘਿਨਾਉਣਾ ਅਪਰਾਧ ਕੀਤਾ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਲੇਕਿਨ ਕਰਦਾ ਕੋਈ ਹੈ ਤੇ ਮਰਦਾ ਕੋਈ ਹੈ? 20 ਸਾਲ ਪਹਿਲਾਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕੀਤਾ ਇਹ, 20 ਸਾਲ ਪਹਿਲਾਂ ਇਹਨਾਂ ਨੂੰ ਖੁੱਲ੍ਹਾ ਛੱਡ ਕੇ ਕੌਣ ਆਇਆ ਸੀ? ਜਰਾ ਇਹ ਦੱਸਣ, ਇਹ ਦੱਸਣ ਕਿ 20 ਸਾਲ ਪਹਿਲਾਂ ਇਹਨਾਂ ਨੂੰ ਕੌਣ ਛੱਡ ਕੇ ਆਇਆ ਸੀ? ਬੁਲਾਓ, ਵਾਪਸ ਲਿਆਓ, ਲੱਭ ਕੇ ਲਿਆਓ, ਜਿੱਥੋਂ ਮਰਜ਼ੀ ਲਿਆਓ, ਤੇ ਸਿੱਧੂ ਕੀ ਸਾਰਾ ਦੇਸ਼ ਤੁਹਾਡੇ ਨਾਲ ਖੜਾ ਹੈ, ਤੁਹਾਡੀ ਜੈ ਜੈਕਾਰ ਕਰਾਂਗੇ ਜੇ ਇਹਨਾਂ ਨੂੰ ਐਸੀ ਸਜ਼ਾ ਦਿੱਤੀ ਜਾਵੇ ਕਿ 4-5 ਜਨਰੇਸ਼ਨਾਂ, 4-5 ਪੀੜ੍ਹੀਆਂ ਕੰਬਣ ਕਿ ਕੋਈ ਐਸਾ ਘਿਨਾਉਣਾ ਅਪਰਾਧ ਨਾ ਕਰੇ। ਜੋ ਭਰਾ ਨਹੀਂ ਹੈ ਬਾਬੋ ਸੇ ਬਹਿਤੀ, ਜਿਸਮੇ ਰਸਦਾਰ ਨਹੀਂ, ਉਹ ਹਿਰਦੇ ਨਹੀਂ ਹੈ ਪੱਥਰ ਹੈ ਜਿਸਮੇ ਸਵਦੇਸ਼ ਕਾ ਪਿਆਰ ਨਹੀਂ ਹੈ। ਲੇਕਿਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਕਿਸੇ 2 ਸਾਲ ਦੇ ਬੱਚੇ ਦੇ ਉੱਤੇ ਵਾਰ ਨਹੀਂ ਕਰ ਸਕਦਾ, ਕਿਸੇ ਮਜ਼ਲੂਮ ਔਰਤ ਦੇ ਉੱਤੇ ਵਾਰ ਨਹੀਂ ਕਰ ਸਕਦਾ, ਕਿਸੇ ਗਰਭਵਤੀ ਕੰਨਿਆਂ ਦੇ ਉੱਤੇ ਵਾਰ ਨਹੀਂ ਕਰ ਸਕਦਾ। ਕਿਹਦੀ ਦੁਸ਼ਮਣੀ ਹੋ ਸਕਦੀ ਹੈ 2 ਸਾਲ ਦੇ ਬੱਚੇ ਨਾਲ, 5 ਸਾਲ ਦੇ ਬੱਚੇ ਨਾਲ? ਲੜਾਈ ਲੜਨੀ ਹੈ ਤੇ ਇਹਨਾਂ ਸੱਪਾਂ ਨਾਲ ਲੜੋ ਜਿਨ੍ਹਾਂ ਦਾ ਕੋਈ ਜਾਤ ਨਹੀਂ, ਕੋਈ ਧਰਮ ਨਹੀਂ, ਕੋਈ ਕਮਿਊਨਿਟੀ ਨਹੀਂ। ਲਾਫਾ ਹੈ ਤੇ ਸਿੱਧੂ ਤੁਹਾਡੇ ਨਾਲ ਖੜੋਤਾ, ਸਾਰਾ ਦੇਸ਼ ਤੁਹਾਡੇ ਨਾਲ ਖੜੋਤਾ। ਕੋਈ 4 ਅੱਤਵਾਦੀ ਹਿੰਦੁਸਤਾਨ ਦਾ ਵਿਕਾਸ ਰੋਕ ਦੇਣਗੇ? 4 ਅੱਤਵਾਦੀ ਹਿੰਦੁਸਤਾਨ ਦਾ ਅਮਨ ਮਾਨ ਭੰਗ ਕਰ ਦੇਣਗੇ? ਅਖੰਡ ਭਾਰਤ ਖੰਡ ਖੰਡ ਕਰ ਦੇਣਗੇ, ਖੇਰੂ ਖੇਰੂ ਕਰ ਦੇਣਗੇ? ਨਹੀਂ, ਇਹ ਨਹੀਂ ਹੋ ਸਕਦਾ, ਕਿਉਂਕਿ ਅਸੀਂ ਸਾਰੇ ਇਕੱਠੇ ਹਾਂ ਔਰ ਇਕੱਠੇ ਹੋ ਕੇ ਅੱਤਵਾਦ ਨਾਲ ਲੜਾਈ ਲੜਨੀ ਹੈ। ਲੋਹਾ ਲੋਹੇ ਨੂੰ ਕੱਟਦਾ ਹੈ, ਅੱਗ ਅੱਗ ਨੂੰ ਕੱਟਦਾ ਹੈ, ਲੇਕਿਨ ਜਦੋਂ ਸੱਪ ਡੰਗ ਮਾਰਦਾ ਹੈ ਉਹਦਾ ਐਂਟੀਡੋਟ ਸੱਪ ਦਾ ਵਿਸ਼ ਹੈ, ਉਹ ਸੈਰੀਡੋਨ ਦੇ ਨਾਲ ਠੀਕ ਨਹੀਂ ਹੁੰਦਾ। ਮੈਂ ਖੜੋਤਾ ਔਰ ਹਮੇਸ਼ਾ ਖੜੋਤਾ ਰਹੂੰ ਇਹਨਾਂ ਦੇ ਨਾਲ ਲੜਨ ਦੇ ਲਈ, ਲੇਕਿਨ ਸਰਕਾਰ ਦੋਗਲੀਆਂ ਨੀਤੀਆਂ ਨਾ ਖੇਡੇ। ਅਸੀਂ ਸਰਕਾਰ ਦੇ ਨਾਲ, ਸਾਡੀ ਪਾਰਟੀ ਦੀ ਇੱਕ ਪਾਲਿਸੀ ਹੈ, ਸਾਡੀ ਪਾਰਟੀ ਨੇ ਸਟੈਂਡ ਲਿਆ, ਉਸ ਸਟੈਂਡ ਦੇ ਉੱਤੇ ਅਸੀਂ ਵੀ ਕਾਇਮ ਹਾਂ, ਨਾਲ ਖੜੋਤੇ ਹਾਂ। ਲੇਕਿਨ ਇਹਨਾਂ ਗੱਲਾਂ ਦਾ ਵੀ ਕੋਈ ਜਵਾਬ ਦੇਵੇ ਔਰ ਲਾਸ਼ਾਂ ਦੇ ਉੱਤੇ ਰਾਜਨੀਤੀ ਬੰਦ ਕਰੇ, ਨੌਜਵਾਨਾਂ ਦਾ ਕੋਈ ਹੀਲਾ ਕਰੇ। ਮੈਂ ਅੱਜ ਜਿੱਥੇ ਅਫਸੋਸ ਦਾ ਪ੍ਰਗਟਾਵਾ ਕਰਦਾ, ਸ਼ਹੀਦਾਂ ਦੇ ਘਰਾਂ ਵੀ ਜਾ ਕੇ ਆਇਆ, ਉੱਥੇ ਐ ਨਹੀਂ ਕਹਿਣਾ ਚਾਹੁੰਦਾ ਕਿ ਸ਼ਹੀਦ ਭਗਤ ਸਿੰਘ ਵਰਗੇ ਸਾਡੇ ਰੋਲ ਮਾਡਲ ਨੇ। ਮੇਰਾ ਪਿਓ ਕੀਰਤੀ ਗਦਰ ਪਾਰਟੀ 'ਚ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਬਜ਼ੁਰਗ ਰਜਵਾੜਿਆਂ 'ਚੋਂ ਸੀ, ਲੇਕਿਨ ਅੰਗਰੇਜ਼ਾਂ ਦੇ ਖਿਲਾਫ ਬੋਲਦਾ ਸੀ, ਔਰ ਜਦੋਂ ਅੰਗਰੇਜ਼ਾਂ ਦੇ ਖਿਲਾਫ ਬੋਲਦਾ ਹੁੰਦਾ ਸੀ ਤੇ ਮੇਰੇ ਦਾਦੇ ਨੇ ਮੇਰੇ ਪਿਓ ਨੂੰ ਕਿਹਾ ਕਿ ਭਗਵੰਤ, ਅਗਰ ਅੰਗਰੇਜ਼ੋਂ ਕੇ ਖਿਲਾਫ ਤੁਹਾਡੀ ਆਵਾਜ਼ ਉੱਠੀ ਤਾਂ ਰਾਜਾਓਂ ਕਾ ਨਮਕ ਨਹੀਂ ਖਾ ਸਕਤੇ। ਫੁੱਟਬਾਲ ਦੇ ਜੁੱਤੇ ਲੈ ਕੇ ਮੇਰਾ ਪਿਓ ਲਾਹੌਰ ਚਲਿਆ ਗਿਆ, 3-3 ਮਹੀਨੇ ਸਾਬਣ ਨਹੀਂ ਦੇਖਿਆ, 2 ਕੁੜਤੇ ਪਜਾਮੇ 1 ਪਾਣੀ 'ਚ ਡਬੋ ਦੇਣਾ, ਸੁਕਾ ਕੇ ਫਿਰ ਸਿਰਾਣੇ ਥੱਲੇ ਨੱਪ ਲੈਣਾ, ਅਤੇ 3-3 ਮਹੀਨੇ ਸਾਬਣ ਨਹੀਂ ਦੇਖਿਆ। ਜਿਹਨਾਂ ਬੱਚਿਆਂ ਨੂੰ ਪੜ੍ਹਾਉਣਾ ਉਹਨਾਂ ਤੋਂ ਫੀਸ ਲੈਣੀ, ਸਕਾਲਰਸ਼ਿਪ ਦੇ ਉੱਤੇ ਪੜ੍ਹਨਾ, ਅਤੇ ਰਾਤ ਨੂੰ ਤੇਜਾ ਸਿੰਘ ਸੁਤੰਤਰ ਦੀ ਕੀਰਤੀ ਗਦਰ ਪਾਰਟੀ, ਗਦਰੀਆਂ ਦੀ ਪਾਰਟੀ, ਕੀਰਤੀ ਗਦਰ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਲਾਲ ਕਿਲ੍ਹਾ ਅਖਬਾਰ ਕੱਢਦਾ ਸੀ ਮੇਰਾ ਪਿਓ, ਅਤੇ ਸਵੇਰੇ 3:30 ਵਜੇ ਇੱਕ ਵਾਰ ਅਖਬਾਰ ਵੰਡਦਾ ਲਾਹੌਰ ਦੇ ਵਿੱਚ ਫੜਿਆ ਗਿਆ, ਅਤੇ ਜਦੋਂ ਫੜਿਆ ਗਿਆ ਤਾਂ ਅੰਗਰੇਜ਼ਾਂ ਨੇ ਸਜ਼ਾਏ ਮੌਤ ਸੁਣਾਈ ਔਰ ਕਿਹਾ ਕਿ 14 ਬੰਦੇ ਇਕੱਠੇ ਗੋਲੀ ਮਾਰਨਗੇ, ਟੂ ਬੀ ਸ਼ਾਟ ਬਾਏ ਦਾ ਫਾਇਰਿੰਗ ਸਕੁਆਡ। ਮੇਰੇ ਬਜ਼ੁਰਗ ਨੂੰ ਜੂੜਾ ਬੰਨ ਕੇ 3-3 ਦਿਨ ਖੜਾ ਰੱਖਦੇ ਸੀ, ਜਦੋਂ ਨੀਂਦ ਆਉਂਦੀ ਸੀ ਤਾਂ ਵਾਲ ਖਿੱਚੇ ਜਾਂਦੇ ਸੀ, ਨਾ ਸੌ ਸਕਦਾ ਸੀ ਨਾ ਖੜ ਸਕਦਾ ਸੀ, ਗੂੜੇ ਪੋਤੜੇ ਮੂੰਹ ਦੇ ਉੱਤੇ ਲਾ ਦਿੰਦੇ ਸੀ, 3 ਸਕਿੰਟਾਂ ਦੇ ਵਿੱਚ ਬੇਹੋਸ਼ ਹੋ ਜਾਂਦੇ, ਨੌ ਪੱਟ ਕੇ ਨਮਕ ਛਿੜਕਦੇ ਹੁੰਦੇ ਸੀ। ਉਸ ਪਿਓ ਦਾ ਪੁੱਤਰ ਨਵਜੋਤ ਸਿੰਘ ਸਿੱਧੂ, ਜਿਹਨੂੰ ਜ਼ੁਲਮ ਕੀਤਾ, ਤਸੀਹੇ ਦਿੱਤੇ, ਬਰਫਾਂ ਦੇ ਉੱਤੇ ਲਟਾਇਆ, ਔਰ ਜਦੋਂ 7 ਦਿਨ ਰਹਿ ਗਏ ਸੀ ਉਹਦੀ ਮੌਤ ਨੂੰ, ਤੇ ਰਾਣੀ ਦਾ ਜਨਮ ਦਿਨ ਆਇਆ, ਕਿੰਗਸ ਐਮਨੈਸਟੀ ਹੋਈ, ਤੇ 7 ਕੈਦੀ ਪਰਚੀ ਪਾ ਕੇ ਉਹਨਾਂ ਨੇ ਛੱਡੇ, ਤੇ ਉਹਨਾਂ ਪਰਚੀਆਂ ਦੇ ਵਿੱਚ ਮੇਰੇ ਪਿਓ ਦਾ ਵੀ ਨਾਂ ਸੀ।
ਉੱਥੋਂ ਜੇਲ੍ਹ ਚੋਂ ਰਿਹਾਅ ਕੀਤਾ ਗਿਆ, ਦੇਸ਼ ਆਜ਼ਾਦ ਹੋਇਆ, MLA ਬਣਿਆ, MLC ਬਣਿਆ, ਐਡਵੋਕੇਟ ਜਨਰਲ ਬਣਿਆ। ਅਤੇ ਜਦੋਂ ਪਹਿਲੀ ਵਾਰ MLA ਬਣਿਆ, ਇੱਥੇ ਨੰਦ ਕੁਮਾਰ ਹੁੰਦੇ ਸੀਗੇ ਮੰਡੀ ਗੋਬਿੰਦਗੜ੍ਹ ਦੇ, ਭਾਦਸੋਂ ਤੋਂ ਮੇਰਾ ਪਿਓ MLA ਬਣਿਆ, ਟੌੜਾ ਸਾਹਿਬ ਨੂੰ ਹਰਾਇਆ, MLA ਵੀ ਅਤੇ MLC ਵੀ। ਅਤੇ ਟੌੜਾ ਸਾਹਿਬ ਕਦੇ ਇਲੈਕਸ਼ਨ ਨਹੀਂ ਹਾਰਿਆ, ਉਹ ਦੋ ਇਲੈਕਸ਼ਨ ਟੌੜਾ ਸਾਹਿਬ ਜਿਹੜਾ ਹਾਰ ਆਪਣੇ ਨਹੀਂ ਲੈ ਕੇ ਆਇਆ ਸੀ, ਢੋਲ ਢਾਲ ਆਪਣੇ ਨਹੀਂ ਲੈ ਕੇ, ਉਹਨਾਂ ਜ਼ਮਾਨੇ ਚੰਗੇ ਜ਼ਮਾਨੇ ਸੀ, ਉਹ ਮੇਰੇ ਫਾਦਰ ਨੂੰ ਦੇ ਗਏ ਵੀ ਤੁਸੀਂ ਵਜਾਓ ਜਿੱਤੇ ਹੋ। ਅਤੇ ਉਹਨਾਂ ਦੇ ਦੋਸਤ ਨੰਦ ਕੁਮਾਰ ਨੇ ਮੇਰੇ ਪਿਓ ਨੂੰ ਕਿਹਾ, ਭਗਵੰਤ ਸਿੰਘ ਕਿਹੜੀ ਦੇਸ਼ ਭਗਤੀ ਦੇ ਵਿੱਚ, ਕਿਹੜੀ ਦੇਸ਼ ਭਗਤੀ ਦੇ ਵਿੱਚ ਪੈ ਗਿਆ, ਚਾਰ ਪੈਸੇ ਕਮਾ ਕਾਰਖਾਨੇ ਲਾ। ਅਤੇ ਮੇਰੇ ਪਿਓ ਨੇ ਜਵਾਬ ਦਿੱਤਾ ਸੀ, ਔਰ ਜਿਹੜੇ ਸਵਾਲ ਕਰਦੇ ਆ ਇਹ ਉਹਨਾਂ ਨੂੰ ਸਵਾਲ ਦਾ ਜਵਾਬ ਦਿੰਦਾ ਨਵਜੋਤ ਸਿੰਘ ਸਿੱਧੂ, ਕਿ ਮੇਰੇ ਪਿਓ ਨੇ ਜਵਾਬ ਦਿੱਤਾ ਸੀ ਨੰਦ ਕੁਮਾਰ ਜੀ ਨੂੰ ਕਿ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਪਰ ਰੁੱਖਾਂ ਨਾਲ ਹੀ ਛਾਵਾਂ ਹੁੰਦੀਆਂ, ਸਮਾਂ ਸਭ ਨੂੰ ਢਾ ਦਿੰਦਾ, ਕਿੰਨਾ ਹੀ ਧਨੀ ਹੋ ਤੁਰ ਕੇ ਕੌਣ ਕਿਸੇ ਦਾ ਨਾਂ ਲੈਂਦਾ, ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਕਿ ਬਾਬਾ ਨਾਨਕ ਹੱਟੀ ਲਾ ਲੈਂਦਾ। ਹੱਟੀਆਂ ਲਾ ਕੇ ਖੜੇ ਲੋਕ ਸਵਾਲ ਕਰਨਗੇ ਦੇਸ਼ ਭਗਤਾਂ ਦੇ ਪੁੱਤਾਂ ਨੂੰ, ਸਿਆਸਤ ਕਰਨਗੇ ਲਾਸ਼ਾਂ ਦੇ ਉੱਤੇ, ਇਹ ਹੋਣਾ ਨਹੀਂ, ਪੰਜਾਬ ਦੇ ਲੋਕਾਂ ਨੇ ਹੋਣ ਨਹੀਂ ਦੇਣਾ। ਮੈਂ ਕਿਸੇ ਆਉਣੇ ਪੌਣੇ ਐਰੇ ਗੈਰੇ ਨੱਥੂ ਖੈਰੇ ਨੂੰ ਜਵਾਬ ਦੇ ਨਹੀਂ, ਮੈਂ ਜਵਾਬ ਦੇ ਹਾਂ, ਮੇਰਾ ਰੱਬ ਹੈ ਅਗਰ ਕੋਈ ਤਾਂ ਪੰਜਾਬ ਦੇ ਲੋਕ ਨੇ, ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਹਾਂ, ਉਹਨਾਂ ਦੇ ਚਰਨਾਂ ਦੇ ਵਿੱਚ ਸਾਫਾ ਵੀ ਰੱਖ ਦਊਂ, ਜਿਵੇਂ ਤਿਲਾਂ 'ਚ ਤੇਲ ਹੈ, ਸਾਗਰ 'ਚ ਲਹਿਰਾਂ ਹੈ, ਫੁੱਲਾਂ 'ਚ ਖੁਸ਼ਬੂ ਹੈ, ਗੰਨੇ 'ਚ ਕੋੜਾ, ਦੁੱਧ 'ਚ ਮੱਖਣ ਹੈ, ਉਸੇ ਤਰ੍ਹਾਂ ਮੇਰਾ ਰੱਬ ਹਰੀ ਨਾਰਾਇਣ ਅੱਲਾ ਵਾਹਿਗੁਰੂ ਬਣ ਕੇ ਜਿਵੇਂ ਮੰਦਰਾਂ ਮਸੀਤਾਂ 'ਚ ਹੈ, ਉਹ ਪੰਜਾਬੀਆਂ ਦੇ ਦਿਲਾਂ ਦੇ ਵਿੱਚ। ਕਿਉਂਕਿ ਅਗਰ ਡਾਕੂਆਂ ਦੀ ਸਰਕਾਰ ਹੁੰਦੀ ਤੇ ਲੋਕ ਭਲਾਈ ਨਹੀਂ ਹੋ ਸਕਦੀ। ਵੀ ਆਰ ਅ ਵੈਲਫੇਅਰ ਸਟੇਟ, ਔਰ ਵੈਲਫੇਅਰ ਸਟੇਟ ਜਿਹੜੀ ਹੁੰਦੀ ਹੈ ਉਹਦਾ ਧਰਮ ਹੁੰਦਾ ਹੈ, ਧਰਮਾਂ 'ਚੋਂ ਵੱਡਾ ਧਰਮ ਰਾਸ਼ਟਰ ਧਰਮ। ਭੁੱਖਿਆਂ ਨੂੰ ਰਜਾਣਾ, ਰੋਂਦਿਆਂ ਨੂੰ ਹਸਾਉਣਾ, ਉਜੜਿਆਂ ਨੂੰ ਵਸਾਉਣਾ, ਔਰ ਸਮਾਜ ਦੀ ਹਰ ਬਾਧਾ ਹਰ ਰੋੜੇ ਨੂੰ ਹਟਾਉਣਾ, ਇਹ ਸਭ ਤੋਂ ਵੱਡਾ ਸਾਡਾ ਟੀਚਾ ਹੈ, ਸਭ ਤੋਂ ਵੱਡਾ ਸਾਡਾ ਮਨਸੂਬਾ ਹੈ। ਅੱਜ ਅਰੋੜਾ ਸਾਹਿਬ ਕਹਿੰਦੇ ਆ ਕਿ ਸਾਡੀਆਂ ਝੋਲੀਆਂ ਭਰ ਕੇ ਜਾਇਓ। ਮੈਂ ਹੈਰਾਨ ਹਾਂ ਕਿ ਜਦੋਂ ਮੈਂ ਇਹਨਾਂ ਨੂੰ ਦੇਖਦਾ ਸਾਹਮਣੇ, ਇਹ ਕਰੀਮ ਬੈਠੀ ਹੈ ਤੇ ਮੇਰੀ ਰੂਹ 'ਚੋਂ ਆਵਾਜ਼ ਨਿਕਲਦੀ ਹੈ, ਜਿਹੜਾ ਯਾਰ ਨਾ ਦੇਖੇ ਐਬਾਂ ਨੂੰ ਉਹ ਯਾਰ ਮੁਬਾਰਕ ਹੁੰਦਾ ਹੈ, ਜਿਸ ਪਿਆਰ 'ਚ ਭੋਰਾ ਗਰਜ ਨਹੀਂ ਉਹ ਪਿਆਰ ਮੁਬਾਰਕ ਹੁੰਦਾ ਹੈ। ਕੀ ਲੈਣਾ ਉੱਚੇ ਮਹਿਲਾਂ ਤੋਂ, ਕੀ ਦੇਣਾ ਸ਼ਿਖਰ ਮਨਾਰਾ ਨੇ, ਜਿਸ ਦਰ ਤੇ ਝੋਲੀ ਭਰ ਜਾਏ ਉਹ ਦੁਆਰ ਮੁਬਾਰਕ ਹੁੰਦਾ ਹੈ। ਜੈ ਜੈ ਗੁਰੂ ਦਾ ਲਾਂਘਾ, ਉਹੋ ਜਿਹੇ ਤੁਸੀਂ ਜਿਵੇਂ ਤਿਲਾਂ 'ਚ ਤੇਲ ਛੁਪਿਆ, ਸਾਗਰ 'ਚ ਲਹਿਰਾਂ, ਫੁੱਲਾਂ 'ਚ ਖੁਸ਼ਬੂ, ਗੰਨੇ 'ਚ ਗੁੜ, ਦੁੱਧ 'ਚ ਮੱਖਣ, ਉਸੇ ਤਰ੍ਹਾਂ ਪਰਮਾਤਮਾ ਵੀ ਹਰੀ ਨਾਰਾਇਣ ਅੱਲਾ ਵਾਹਿਗੁਰੂ ਬਣ ਕੇ ਤੁਹਾਡੇ ਦਿਲਾਂ ਦੇ ਅੰਦਰ, ਤੁਹਾਡੇ ਅੰਦਰ ਛੁਪਿਆ। ਸਿਜਦਾ ਕਰਦਾ ਨਵਜੋਤ ਸਿੰਘ ਸਿੱਧੂ, ਤੁਹਾਨੂੰ ਪਾਰਟੀ ਦੇ ਵਰਕਰਾਂ ਨੂੰ, ਮੈਂ ਹਰ ਥਾਂ ਦੇ ਉੱਤੇ ਕਹਿੰਦਾ ਕਿ ਮੈਂ ਐਕਸ ਹੋ ਸਕਦਾ, ਮੰਤਰੀ ਰਹਿ ਲਿਆ, ਸੰਤਰੀ ਬਣ ਸਕਦਾ, ਵਕਤ ਕੀ ਹੈ ਜਬ ਚਾਲ ਹੈ ਪਿਆਰੇ, ਪਲਮੇ ਪਿਆਦੋ ਕੋ ਵਜ਼ੀਰ ਬਣਾ ਦੇ, ਔਰ ਕਭੀ ਜ਼ਰਾ ਸੀ ਇੱਕ ਗਲਤੀ ਪੇ ਸ਼ਾਹਜ਼ਾਦੋ ਕੋ ਫਕੀਰ ਬਣਾ ਦੇ, ਵਕਤ ਹੈ। ਮੰਤਰੀ ਬਣ ਸਕਦੇ ਆ ਐਕਸ, ਪ੍ਰਧਾਨ ਮੰਤਰੀ ਬਣ ਸਕਦੇ ਆ ਐਕਸ, ਪ੍ਰੈਜ਼ੀਡੈਂਟ ਬਣ ਸਕਦੇ ਆ ਐਕਸ, ਲੇਕਿਨ ਕਦੇ ਕੋਈ ਕਾਰਜਕਰਤਾ ਐਕਸ ਨਹੀਂ ਬਣ ਸਕਦਾ। ਕਾਰਜਕਰਤਾ ਸਦਾ ਹੈ, ਮਹਾਨ ਹੈ। ਇਸ ਕਰਕੇ ਸਿਜਦਾ ਕਰਦਾ ਨਵਜੋਤ ਸਿੰਘ ਸਿੱਧੂ, ਤੁਹਾਨੂੰ ਸਾਰਿਆਂ ਨੂੰ ਰਿਣੀ ਹੈ ਤੁਹਾਡੇ ਨਵਜੋਤ ਸਿੰਘ ਸਿੱਧੂ, ਔਰ ਤੁਸੀਂ ਜਿਹੜੀਆਂ ਝੋਲੀਆਂ ਭਰੀਆਂ ਨੇ, ਆਸਾਂ ਰੱਖੀਆਂ ਨੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਰਕਾਰਾਂ 'ਚ ਫਰਕ। ਭਾਅ ਜੀ ਤਾਂ ਕਹਿੰਦੇ ਅੱਜ ਪੋਲੀਟੀਕਲ ਗੱਲ ਕਰਨ ਵਾਲੀ ਗੱਲ ਨਹੀਂ, ਮੈਂ ਤਾਂ ਪੋਤੜੇ ਖੋਲ ਦੂੰ, ਵੱਟ ਦਿਉਂਗਾ, ਜਲੇਬੀਆਂ ਨੂੰ ਕਰ ਦੂੰ ਇਕੱਠਾ। 2015 ਦੇ ਵਿੱਚ ਅੰਮ੍ਰਿਤ ਸਕੀਮ ਆਈ, 2015 ਦੇ ਵਿੱਚ ਅੰਮ੍ਰਿਤ ਸਕੀਮ ਪਿਛਲੀ ਸਰਕਾਰ ਦੌਰਾਨ ਆਈ, ਔਰ ਜਿਹੜੇ ਜਿਹੜੇ ਸ਼ਹਿਰ 1 ਲੱਖ ਤੋਂ ਉੱਤੇ ਸੀ ਉਹ ਉਸ ਅੰਮ੍ਰਿਤ ਸਕੀਮ ਦੇ ਵਿੱਚ ਆਟੋਮੈਟਿਕਲੀ ਆ ਗਏ, 16 ਸ਼ਹਿਰ ਪੰਜਾਬ, ਉਹਦੇ 'ਚ ਹੁਸ਼ਿਆਰਪੁਰ ਆਪੋ ਆਪ ਆ ਗਿਆ, ਬਟਾਲਾ, ਵੱਡੇ ਵੱਡੇ ਜਿੰਨੇ ਸ਼ਹਿਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਸਾਰੇ ਸ਼ਹਿਰ ਇਹ ਅੰਮ੍ਰਿਤ ਸਕੀਮ ਦੇ ਵਿੱਚ ਆ ਗਏ। ਅੰਮ੍ਰਿਤ ਸਕੀਮ ਦੇ ਵਿੱਚ 50 ਪੈਸੇ ਪਾਉਣੇ ਸੀ ਸਰਕਾਰ ਨੇ, ਤੇ ਰੁਪਈਆ ਲੈਣਾ ਸੀ, ਚਾਹੇ 50 ਪੈਸੇ ਕਹਿ ਲਓ, ਚਾਹੇ 50 ਕਰੋੜ ਕਹਿ ਲਓ, ਚਾਹੇ 500 ਕਰੋੜ ਕਹਿ ਲਓ, ਜੇ 500 ਕਰੋੜ ਪਾਉਂਦੇ ਤਾਂ ਸਰਕਾਰ 1000 ਦਿੰਦੀ, ਜੇ 100 ਕਰੋੜ ਪਾਉਂਦੇ ਤਾਂ ਸਰਕਾਰ 200 ਕਰੋੜ ਦਿੰਦੀ,
2015 ਤੋਂ ਲੈ ਕੇ 2017 ਤੱਕ ਪੰਜੀ ਨਹੀਂ ਆਈ ਕਿਉਂਕਿ ਪੰਜੀ ਪਈ ਨਹੀਂ। ਜੇ ਕਿਸੇ ਨੇ 50 ਪਾਏ ਨਹੀਂ ਤਾਂ ਦੇਣੇ ਕਿੱਥੋਂ ਸੀ। ਇਸ ਕਰਕੇ ਡੀਪੀਆਰਾਂ ਜਿਹੜੀਆਂ ਡਿਵੈਲਪਮੈਂਟ ਦੀਆਂ ਬਣੀਆਂ ਉਹ ਬਣੀਆਂ 5 ਕਰੋੜ, ਬਟਾਲੇ ਦੀ 7 ਕਰੋੜ, 7 ਕਰੋੜ 'ਚ ਵੀ 3.5 ਕਰੋੜ ਨਹੀਂ ਪਏ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਸਾਰੇ ਪਲੈਨ ਹੋਏ, ਇੱਕ ਇੱਕ ਚੀਜ਼ ਦਾ ਰਿਵਿਊ ਹੋਇਆ, ਪਾਲਿਸੀਆਂ ਬਣੀਆਂ ਅਤੇ ਨਵਜੋਤ ਸਿੰਘ ਸਿੱਧੂ ਨੂੰ ਇਹ ਮਾਨ ਔਰ ਸਨਮਾਨ ਮਿਲਿਆ। ਔਰ ਮੈਨੂੰ ਖੁਸ਼ੀ ਹੈ ਕਿ ਅਸੀਂ 33 ਪੈਸੇ ਪਾ ਕੇ ਰੁਪਈਆ ਲਿੱਤਾ, ਅਸੀਂ 50 ਪੈਸੇ ਪਾ ਕੇ ਰੁਪਈਆ ਲਿੱਤਾ, ਅਸੀਂ 100 ਕਰੋੜ ਦੇ ਕੇ 200 ਲਿੱਤਾ। ਔਰ ਅੱਜ ਪਰਿਸਥਿਤੀ ਐਸੀ ਹੈ ਕਿ 16 ਅੰਮ੍ਰਿਤ ਟਾਊਨਾਂ ਦੇ ਲਈ ਜੋ ਤੁਸੀਂ ਚਾਹੋਗੇ ਮਿਲੂਗਾ। ਅੱਜ 100 ਕਰੋੜ ਰੁਪਈਆ ਹੁਸ਼ਿਆਰਪੁਰ ਦੇ ਵਾਸਤੇ ਨਵਜੋਤ ਸਿੰਘ ਸਿੱਧੂ ਤੁਹਾਨੂੰ ਲੈ ਗਿਆ, 101 ਕਰੋੜ ਰੁਪਈਆ। ਦੇਖ ਲਓ ਭਾਅ ਜੀ, ਜਦੋਂ ਮੈਂ ਕ੍ਰਿਕਟ ਖੇਡਦਾ ਹੁੰਦਾ ਸੈਂਚਰੀ ਮਾਰਦਾ ਉਦੋਂ ਖੜਾ ਹੋ ਕੇ ਤਾੜੀ ਮਾਰਦੇ, ਅੱਜ ਦੇਖ ਲਓ ਮੇਰੇ ਭਰਾ ਨੇ ਖੜੇ ਹੋ ਕੇ ਮਾਰਤੀ ਤਾੜੀ ਠੋਕ ਕੇ। ਲੈ ਗੱਲ ਖਤਮ। ਫਿਰ ਜਦੋਂ ਸੈਂਚਰੀ ਬਣਾਉਂਦਾ ਨਾ ਬੰਦਾ ਫਿਰ ਉਹ ਸਟੈਂਡਿੰਗ ਓਵੇਸ਼ਨ ਦਿੰਦੇ। ਮੈਂ ਕਿਹਾ ਜਦੋਂ ਨਾਰੀ ਸ਼ਕਤੀ ਜਾਗ ਜੇ ਤਾਂ ਫਿਰ ਗੱਲ ਹੀ ਖਤਮ। ਸਾਡੇ ਘਰ 'ਚ ਤਾਂ ਨਾਰੀ ਸ਼ਕਤੀ 30 ਸਾਲ ਪਹਿਲਾਂ ਜਾਗ ਗਈ ਸੀ, ਮੈਂ ਦੇਖ ਲਓ ਤੁਸੀਂ ਜਿਉਂਦਾ ਸ਼ਹੀਦ ਹਾਂ, ਸਮਝਦੇ ਹੋ। ਅਤੇ ਇਸ ਕਰਕੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਇਹ 101 ਕਰੋੜ ਰੁਪਈਆ ਅੰਮ੍ਰਿਤ ਦੇ ਵਿੱਚ ਵਾਟਰ ਸਪਲਾਈ 9 ਕਰੋੜ 57 ਲੱਖ 90% ਕਵਰ ਸੀ, 100% ਕਵਰ ਕਰਾਂਗੇ, 10 ਕਰੋੜ ਰੁਪਈਆ ਤੁਹਾਡੀ ਵਾਟਰ ਸਪਲਾਈ ਦਾ। ਸੀਵਰੇਜ ਅਤੇ STP ਅੰਮ੍ਰਿਤ ਦੇ ਵਿੱਚ 85% ਕਵਰਡ, ਹੋਰ ਜਿਹੜਾ ਹੁਣ ਅਲਾਊਟ ਕੀਤਾ 33 ਕਰੋੜ 93 ਲੱਖ ਰੁਪਈਆ। ਪੰਜਾਬ ਅਰਬਨ ਇਨਵਾਇਰਮੈਂਟ ਪ੍ਰੋਗਰਾਮ ਦੇ ਵਿੱਚ 3 ਕਰੋੜ ਰੁਪਈਆ। ਅਤੇ ਕਈ ਥਾਵਾਂ 'ਤੇ ਮੈਂ ਜਾਂਦਾ ਬਸਤੀ 'ਚ, ਕਹਿੰਦਾ ਜੀ ਲਾਟੂ ਨਹੀਂ ਬਲਦਾ, ਲਾਟੂ ਆਪਾਂ ਪੰਜਾਬ 'ਚ ਕਹਿੰਦੇ ਨਾ ਲਾਟੂ ਨਹੀਂ ਬਲਦਾ, ਤੁਹਾਡੇ ਸਾਰੇ ਲਾਟੂ ਬਾਲ ਦੂੰਗਾ, 3 ਕਰੋੜ ਰੁਪਈਆ ਸਟਰੀਟ ਲਾਈਟਿੰਗ ਖਾ। ਕੌਣ ਕਹਿੰਦਾ? ਸਿੱਧੂ ਕਹਿੰਦਾ ਠੋਕੋ ਤਾਲੀ, ਆਪੇ ਨਹੀਂ ਠੋਕਦੇ ਤੁਸੀਂ, ਦੱਸੋ। ਮੈਂ ਕਿਹਾ ਕਿਤੇ ਹੈ ਅੱਗੇ ਆਓ। ਅਦਰ ਡਿਵੈਲਪਮੈਂਟ ਵਰਕਸ, ਇਹ ਹੈਗੇ 7 ਕਰੋੜ 41, ਇਹ UMP ਜਿਹੜੀ ਤੁਹਾਡੀ ਕਮੇਟੀ ਜਿਹੜੀ ਹੈ ਉਹ ਐਗਜੀਕਿਊਟ ਕਰ ਰਹੀ ਹੈ। ਐਡਵਰਟਾਈਜ਼ਮੈਂਟ ਪਾਲਿਸੀ ਬੜੀ ਵੱਡੀ ਗੱਲ ਹੈ। ਸਾਰੇ ਪੰਜਾਬ 'ਚੋਂ 18 ਕਰੋੜ ਰੁਪਈਆ ਆਉਂਦਾ ਸੀ ਪਿਆਰੇ ਦੋਸਤੋ, ਸਾਰੇ ਪੰਜਾਬ 'ਚੋਂ 18 ਕਰੋੜ ਰੁਪਈਆ ਆਉਂਦਾ ਸੀ ਅਤੇ ਕੈਪਟਨ ਸਾਹਿਬ ਨਾਲ ਬੈਠ ਕੇ ਐਡਵਰਟਾਈਜ਼ਮੈਂਟ ਪਾਲਿਸੀ ਬਣਾਈ। ਅਤੇ ਤੁਹਾਨੂੰ ਖੁਸ਼ੀ ਹੋਊਗੀ, ਇਕੱਲੇ ਲੁਧਿਆਣੇ 'ਚੋਂ 32 ਕਰੋੜ ਆਉਂਦਾ, ਹੁਣ ਮੋਹਾਲੀ 'ਚੋਂ 22 ਕਰੋੜ ਆਉਂਦਾ ਹੁਣ, ਅਤੇ ਜਿਹੜਾ 30 ਲੱਖ ਰੁਪਈਆ ਕਿਹੜਾ ਸ਼ਹਿਰ ਸੀ ਬਈ? ਮੋਗਾ, ਉੱਥੇ ਜਾ ਕੇ ਮੈਂ ਜਿਹੜਾ 30 ਲੱਖ ਦਿੱਤਾ ਸੀਗਾ ਉੱਥੋਂ 1 ਕਰੋੜ 20 ਲੱਖ ਆਉਂਦਾ। ਅਤੇ ਤੁਹਾਨੂੰ ਲੱਗਦਾ ਨਹੀਂ ਵੀ ਚੋਰ ਮਚਾਏ ਸ਼ੋਰ ਜਿਹੜੇ ਬਾਹਰ ਖੜੋਤੇ ਹੈ ਕਿ ਨਹੀਂ? ਚੋਰ ਮਚਾਏ ਸ਼ੋਰ, ਕਾਲੀਆਂ ਝੰਡੀਆਂ ਨੇ, ਝੰਡੀਆਂ ਹੀ ਝੰਡੀਆਂ, ਡੰਡੀ ਹੈ ਨਹੀਂ ਅੰਦਰ, ਸਮਝਦੇ ਮੇਰੀ ਗੱਲ? ਪੱਲੇ ਕੱਖ ਨਹੀਂ। ਬਾਬਾ ਨਾਨਕ ਤੋਲ ਗਿਆ 13-13-13-13-13, ਇਹ ਕਹਿੰਦੇ ਮੇਰਾ ਮੇਰਾ ਮੇਰਾ, ਕੋਈ ਚੀਜ਼ ਛੱਡੀ ਹੈ? ਇਹਨਾਂ ਦਾ ਉਹ ਹਾਲ ਹੈ, ਬਿੱਲਾ ਪੀ ਗਿਆ ਜੱਟ ਦਾ ਦੁੱਧ ਅਤੇ ਪਲਾਕੀ ਮਾਰ ਕੇ ਸਰਦੀ ਦੇ ਦਿਨਾਂ ਦੇ